ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਸਿੱਖ ਇਤਿਹਾਸ ਦੀ ਉਸ ਦੀਵੀ ਸ਼ਮਾ ਹੈ ਜੋ ਖਾਲਸਾ ਰਾਜ ਕਾਇਮ ਕਰਨ ਦੀ ਕ੍ਰਿਸ਼ਮਿਆਂ ਭਰਪੂਰ ਗਾਥਾ ਨੂੰ ਹੈਸ਼ਰ ਤੱਕ ਰੋਸ਼ਨੀ ਬਖਸ਼ਦੀ ਰਹੇਗੀ ਉੰਜੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੇ ਅੰਮ੍ਰਿਤ ਦਾ ਹੀ ਸੀ ਜਿਸ ਨਾਲ ਇੱਕ ਸੰਸਾਰ त्यागी ਕਟੜ ਵੈਸ਼ ਨੂੰ ਸਾਧ ਇੱਕ ਸੂਰਬੀਰ ਸਿਪਾਹੀ ਬਣ ਗਿਆ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਲੜਨਾ ਜਿੱਤਣਾ ਤੇ ਰਾਜ ਕਰਨਾ ਸਿਖਾਇਆ ਸਿੱਖਾਂ ਵਿੱਚ ਨਿਰਸੰਦੇਹ ਨਵੀਂ ਰੂਪ ਹਰਨਾ ਇਤਿਹਾਸਕ ਕਾਰਜ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਬੰਦੇ ਨੇ ਉਸ ਕਾਰਜ ਨੂੰ ਇੱਕ ਨਵੀਂ ਸੇਧ ਦਿੱਤੀ ਡਾਕਟਰ ਗੰਡਾ ਸਿੰਘ ਨੇ ਠੀਕ ਹੀ ਲਿਖਿਆ ਹੈ ਕਿ ਬੰਦਾ ਸਿੰਘ ਨੇ ਡੇਢ ਕੋ ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਚੜਦੇ ਪੰਜਾਬ ਵਿੱਚੋਂ ਮੁਗਲ ਰਾਜ ਦੀ ਸਫ ਬੁਲੇੜ ਦਿੱਤੀ ਅਤੇ ਦੇਸ਼ ਵਿੱਚ ਸੁਤੰਤਰਤਾ ਦੀ ਐਸੀ ਜੋਤ ਜਗਾਈ ਜੋ ਮੁਗਲਾਂ ਦੇ ਸਾਮਰਾਜੀ ਝਖੜਾ ਨਾਲ ਕੁਝ ਚਿਰ ਮੱਦਮ ਤਾਂ ਭਾਵੇਂ ਪੈ ਗਈ ਪਰ ਉੱਕੀ ਹੀ ਬੁਝਾਈ ਨਾ ਜਾ ਸਕੀ ਡਾਕਟਰ ਗੋਕਲ ਚੰਦ ਜੀ ਨੇ ਠੀਕ ਹੀ ਲਿਖਿਆ ਹੈ ਉਹ ਲਿਖਦੇ ਹਨ ਗੁਰੂ ਜੀ ਨੇ ਤਾਂ ਬੀਜ ਬੀਜਿਆ ਪਰੰਤੂ ਫਸਲ ਦੀ ਕਟਾਈ ਬੰਦਾ ਸਿੰਘ ਨੇ ਹੀ ਕੀਤੀ ਬੰਦਾ ਸਿੰਘ ਬਹਾਦਰ ਦੇ ਕਾਰਨਾਮੇ ਅਤੇ ਉਸ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਗੌਰਵਮਈ ਗਾਥਾ ਹੈ ਤੇ ਸਿੱਖ ਇਤਿਹਾਸ ਵਿੱਚ ਹੋਈ ਸਾਖੀਆਂ ਬਾਰੇ ਲਿਖਦੇ ਹਾਂ ਬੰਦਾ ਸਿੰਘ ਬਹਾਦਰ ਦੀ ਗਾਥਾ ਦਾ ਜ਼ਿਕਰ ਕਰਨਾ ਇਤਿਹਾਸ ਵੱਲੋਂ ਅੱਖਾਂ ਫੇਰਨ ਦੇ ਤੋਲ ਹੋਵੇਗਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 27 ਅਕਤੂਬਰ 1670 ਈਸਵੀ ਕਸ਼ਮੀਰ ਦੇ ਪੁਣਛ ਜ਼ਿਲ੍ਹਾ ਨਗਰ ਰਜੌਰੀ ਵਿੱਚ ਹੋਇਆ। ਇਹਨਾਂ ਦਾ ਬਚਪਨ ਦਾ ਨਾਮ ਲక్ష్మణ ਦੇਵ ਸੀ ਤੇ ਪਿਤਾ ਦਾ ਨਾਮ RAM ਦੇਵ ਸੀ। ਉਹ ਰਾਜਪੂਤ ਘਰਾਣੇ ਨਾਲ ਸਬੰਧਤ ਸੀ। ਲਸ਼ਮਣ ਦੇਵ ਸ਼ਾਸਤਰ ਵਿੱਦਿਆ ਵਿੱਚ ਨਪੁੰਨ ਸੀ। ਲਸ਼ਮਣ ਦੇਵ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ। ਇੱਕ ਦਿਨ ਉਸ ਤੋਂ ਗਰਭਵਤੀ ਹਿਰਨ ਮਾਰੀ ਗਈ। ਜਿਸ ਦੇ ਫਾਲਸ ਰੂਪ ਐਸਾ ਵਿਰਾਗ ਹੋਇਆ ਕਿ ਉਸਨੇ ਘਰ-ਬਾਰ ਤਿਆਗ ਦਿੱਤਾ। ਪਹਿਲਾਂ ਉਹਨਾਂ ਜਾਨਕੀ ਦਾ ਸਾਧੂ ਦਾ ਚੇਲਾ ਬਣਿਆ। ਫਿਰ ਉਹ ਫਿਰਦਾ ਫਿਰਦਾ ਕਸੂਰ ਦੇ ਨੇੜੇ ਬਾਬਾ ਰਾਮ ਥੰਮਣ ਦੇ ਸਥਾਨ ਤੇ ਆਇਆ ਤੇ ਉਹ RAM ਦਾਸ ਬੈਰਾਗੀ ਦਾ ਚੇਲਾ ਬਣ ਗਿਆ ਜਿਸ ਨੇ ਉਸ ਨੂੰ ਬਾਦੋ ਦਾਸ ਦਾ ਨਾਮ ਦਿੱਤਾ ਫਿਰ ਉਹ ਦक्कਨ ਵੱਲ ਨਾਸਕ ਦੇ ਨੇੜੇ ਪੰਜਵਟੀ ਦੇ ਜੰਗਲਾਂ ਵਿੱਚ ਚਲਾ ਗਿਆ ਉੱਥੇ ਉਸ ਨੇ ਇੱਕ ਜੋਗੀ ਔਗੜਨਾਥ ਤੋਂ ਯੋਗ ਦੀ ਸਿੱਖਿਆ ਪ੍ਰਾਪਤ ਕੀਤੀ ਇਸੇਰ ਨੰਦੇੜ ਜਾ ਕੇ ਆਪਣਾ ਮੱਠ ਕਾਇਮ ਕਰਕੇ ਨਿਵਾਸ ਕਰ ਲਿਆ ਉਹ ਹਰ ਆਏ ਗਏ ਸਾਧੂ ਨੂੰ ਆਪਣੇ ਜੰਤਰ ਮੰਤਰ ਤੇ ਵੀਰਾਂ ਦੇ ਜ਼ੋਰ ਨਾਲ ਪਰੇਸ਼ਾਨ ਕਰਦਾ ਰਹਿੰਦਾ ਸੀ ਇਸ ਨੇ ਗੁਰੂ ਸਾਹਿਬ ਜੀ ਨੂੰ ਵੀ ਪਰੇਸ਼ਾਨ ਕਰਨ ਦਾ ਯਤਨ ਕੀਤਾ ਪਰ ਸਫਲ ਨਾ ਹੋਇਆ ਡਾਕਟਰ ਗੰਡਾ ਸਿੰਘ ਜੀ ਨੇ ਅਹਿਮਦ ਸ਼ਾਹ ਬਟਾਲੀਏ ਦੀ ਰਚਨਾ ਡਾਕਟਰ ਗੰਡਾ ਸਿੰਘ ਜੀ ਨੇ ਅਹਿਮਦ ਸ਼ਾਹ ਬਟਾਲੀਏ ਦੀ ਰਚਨਾ ਇਬਤਦਾਏ ਸਿੰਘਾਂ ਮਜਬਹੇ ਈਸ਼ਾ ਵਿੱਚ ਬੰਦੇ ਦੀ ਗੁਰੂ ਸਾਹਿਬ ਨਾਲ ਹੋਈ ਮੁਲਾਕਾਤ ਦਾ ਇਉਂ ਜਕਰ ਲਿਖਿਆ ਹੈ ਬੰਦਾ ਪੁੱਛਦਾ ਹੈ ਆਪ ਕੌਣ ਹੋ ਗੁਰੂ ਜੀ ਫਰਮਾਉਂਦੇ ਉਹ ਜਿਸ ਨੂੰ ਤੂੰ ਜਾਣਦਾ ਹੈ ਬੰਦਾ ਮੈਂ ਕੀ ਜਾਣਦਾ ਹਾਂ ਗੁਰੂ ਜੀ ਨੇ ਕਿਹਾ ਤੂੰ ਆਪਣੇ ਮਨ ਤੋਂ ਹੀ ਪੁੱਛ ਲੈ ਬੰਦਾ ਆਪ ਗੁਰੂ ਗੋਬਿੰਦ ਸਿੰਘ ਜੀ ਹੋ ਗੁਰੂ ਜੀ ਹਾਂ ਬੰਦਾ ਆਪ ਇੱਥੇ ਕਿਸ ਤਰ੍ਹਾਂ ਆਏ ਹੋ ਗੁਰੂ ਜੀ ਕਹਿਣ ਲੱਗੇ ਇਸ ਲਈ ਕਿ ਤੈਨੂੰ ਆਪਣਾ ਸਿੰਘ ਸਜਾਵਾਂ ਬੰਦਾ ਕਹਿੰਦਾ ਮੈਨੂੰ ਪਰਵਾਨ ਹੈ ਮੈਂ ਤਾਂ ਆਪ ਦਾ ਹੀ ਬੰਦਾ ਹਾਂ ਬੰਦੇ ਦੀ ਮੁਲਾਕਾਤ ਗੁਰੂ ਜੀ ਨਾਲ 3 ਦਸੰਬਰ 1708 ਨੂੰ ਹੋਈ ਗੁਰੂ ਜੀ ਨੇ ਮਾਧੋਦਾਸ ਨੂੰ ਅਮਰਤ ਛਕਾਇਆ ਤੇ ਉਸ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਪਰੰਤੂ ਉਸਨੇ ਆਪਣੇ ਆਪ ਨੂੰ ਗੁਰੂ ਜੀ ਦਾ ਬੰਦਾ ਕਿਹਾ ਸੀ ਇਸ ਲਈ ਉਸ ਦਾ ਪ੍ਰਸਿੱਧ ਨਾਮ ਬੰਦਾ ਸਿੰਘ ਹੀ ਪ੍ਰਚਲਿਤ ਰਿਹਾ ਰਤਨ ਸਿੰਘ ਭੰਗੂ ਜੀ ਵੀ ਲਿਖਦੇ ਹਨ ਤਬ ਉਨ ਕਹਿਓ ਮੈਂ ਬੰਦਾ ਤੋਰਾ ਮੈਂ ਤੁਹੇ ਸਿੰਘ ਗੁਰੂ ਤੂੰ ਮੋਰਾ ਅਬ ਮੈਂ ਭਇਓ ਤੁਮਾਰੋ ਦਾਸ ਸੋ ਮੈਂ ਕਰੋਂ ਹੁਕਮ ਹੋਏ ਖਾਸ ਜਦ ਐਸੇ ਉਸ ਬਚਨ ਕਹੀ ਹੱਥ ਜੋੜ ਸਿਰ ਨਿਆਇ ਭਏ ਪਰ ਸੰਨ ਤਬ ਸਤਿਗੁਰੂ ਲੀਨੋ ਚਰਨਨ ਲਾਏ ਕਈ ਲੇਖਕਾਂ ਜਿਵੇਂ ਭਾਈ ਸੰਤੋਖ ਸਿੰਘ ਤੇ ਡਾਕਟਰ ਹਰੀਰਾਮ ਗੁਪਤਾ ਆਦ ਇਸ ਤੱਥ ਤੇ ਕਿੰਤੂ ਬਰੰਦੂ ਕਰਦੇ ਹਨ ਕਿ ਬੰਦੇ ਨੇ ਅਮਰ ਛਕਿਆ ਪਰ ਜੇ ਗਹਿ ਨਾਲ ਵਿਚਾਰੀਏ ਤਾਂ ਗੁਰੂ ਸਾਹਿਬ ਇਕ ਬੀ ਅਮਰਤੀਏ ਨੂੰ ਸਿੱਖਾਂ ਦਾ ਆਗੂ ਕਿਵੇਂ ਧਾਪ ਸਕਦੇ ਸਨ ਇਸ ਲਈ ਸੱਜਦ ਮੁਹੰਮਦ ਲਤੀਫ ਤੇ ਅੰਗਰੇਜ਼ ਲੇਖਕ ਐਮ ਗਰੇਗਰ ਦੀ ਵੀ ਇਸ ਤੱਥ ਨੂੰ ਸਵੀਕਾਰ ਕਰਦੇ ਹਨ ਕਿ ਗੁਰੂ ਸਾਹਿਬ ਨੇ ਬੰਦੇ ਨੂੰ ਬਖੰਡੇ ਬਾਟੀ ਦਾ ਅਮਰ ਸ਼ਿਕਾ ਕੀ ਸਿੰਘ ਸਜਾਇਆ ਬੰਦਾ ਪੰਜਾਬ ਵੱਲ ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਆਪਣੇ ਭੱਤੇ ਦੇ ਪੰਜ ਤੀਰ ਨਿਸ਼ਾਨ ਨਿਸ਼ਾਨ ਤੇ ਨਗਾਰਾ ਬਖਸ਼ਿਆ ਉਸ ਨਾਲ ਪੰਜ ਮੁਖੀ ਸਿੱਖ ਭਾਈ ਬਾਜ ਸਿੰਘ ਭਾਈ ਬినੋਦ ਸਿੰਘ ਭਾਈ ਕਾਨ ਸਿੰਘ ਭਾਈ ਦਇਆ ਸਿੰਘ ਤੇ ਭਾਈ ਰਾਮ ਸਿੰਘ ਜੀ ਭੇਜੇ ਉਸ ਦਾ ਮਨੋਰਥ ਉੱਤਰੀ ਭਾਰਤ ਵਿੱਚ ਜਾ ਕੇ ਗੁਰੂ ਦੋਖੀਆਂ ਖਾਸ ਕਰਕੇ ਸਰਹਿੰਦ ਦੇ ਫੌਜਦਾਰ ਵਜੀਦ ਖਾਨ ਨੂੰ ਸਜ਼ਾ ਦੇਣਾ ਸੀ ਬੰਦਾ ਬਹਾਦਰ ਨੇ ਦਿੱਲੀ ਦੀ ਸਰਹੰਦ ਨੇੜੇ ਖੜਖੋਡਾ ਪਰਗਣੇ ਜਾ ਕੇ ਟਿਕਾਣਾ ਕੀਤਾ। ਇਹ ਥਾਂ ਦਿੱਲੀ ਤੋਂ 20 ਕੋ ਮੀਲ ਦੀ ਦੂਰੀ ਤੇ ਸੀ। ਇਸ ਥਾਂ ਤੋਂ ਉਸ ਨੇ ਸਿੱਖਾਂ ਨੂੰ ਹੁਕਮਨਾਮੇ ਲਿਖੇ। ਛੇਤੀ ਹੀ ਸਿੱਖ ਬੰਦਾ ਸਿੰਘ ਨਾਲ ਮਿਲਣੇ ਸ਼ੁਰੂ ਹੋ ਗਏ। ਇਹਨਾਂ ਵਿੱਚ ਭਾਈ ਭਗਤੂ ਦੇ ਵੰਸ਼ ਚੋਂ ਫਤੇ ਸਿੰਘ, ਭਾਈ ਰੂਪੇ ਦੀ ਵੰਸ਼ ਚੋਂ ਕਰਮ ਸਿੰਘ ਧਰਮ ਸਿੰਘ ਸਲੌਦੀ ਦੇ ਸੇ ਖਾਲੀ ਸਿੰਘ ਤੇ ਮਾਲੀ ਸਿੰਘ ਤੇ ਫੂਲਕੀਆਂ ਰਿਆਸਤਾ ਦੇ ਵਡੇਰੇ ਰਾਮ ਸਿੰਘ ਤੇ ਤਲੋਕ ਸਿੰਘ ਮੁਖੀ ਸਨ ਬੰਦਾ ਸਿੰਘ ਦੀ ਸੈਨਾ ਦੀ ਗਿਣਤੀ ਕਾਫੀ ਵੱਧ ਗਈ ਇਸ ਵਿੱਚ ਤਿੰਨ ਤਰ੍ਹਾਂ ਦੇ ਲੋਕ ਸ਼ਾਮਿਲ ਸਨ ਗੁਰੂ ਖਾਤਰ ਤਨ ਮਨ ਤੇ ਧਨ ਵਾਰਨ ਵਾਲੇ ਸਭ ਤੋਂ ਪਹਿਲਾਂ ਬੰਦਾ ਬਹਾਦਰ ਨਾਲ ਆ ਮਿਲੇ ਉਹਨਾਂ ਦਾ ਉਦੇਸ਼ ਲੁੱਟਮਾਰ ਨਹੀਂ ਸੀ ਸਗੋਂ ਤਾਂ ਗੁਰੂ ਦੇ ਹੁਕਮ ਤੇ ਆਪਾ ਵਾਰਨ ਲਈ ਬੰਦੇ ਨਾਲ ਆ ਮਿਲੇ ਸਨ ਦੂਸਰੇ ਅਜਿਹੇ ਸਨ ਜਿਨ੍ਹਾਂ ਨੂੰ ਤਨਖਾਹ ਦੇ ਕੇ ਭਾਈ ਰਾਮ ਸਿੰਘ ਤੇ ਲੋਕ ਸਿੰਘ ਨੇ ਹਕੂਮਤ ਵਿਰੋਧ ਲੜਨ ਲਈ ਭੇਜਿਆ ਸੀ ਅਜਿਹੇ ਲੋਕ ਹਕੂਮਤ ਦੇ ਚੌਧਰੀਆਂ 'ਚ ਸ਼ਾਮਲ ਸਨ ਤੇ ਉਹ ਨਿੱਜੀ ਰੂਪ ਵਿੱਚ ਹਕੂਮਤ ਵਿਰੋਧ ਲੜ ਨਹੀਂ ਸਕਦੇ ਤੀਸਰੀ ਕਿਸਮ ਦੇ ਲੋਕ ਤਾਂ ਧਨਮਾਲ ਦੀ ਲੁੱਟ ਖਾਤਰ ਆ ਮਿਲੇ ਸਨ ਬੰਦੇ ਦੀ ਫੌਜ ਦੀ ਗਿਣਤੀ ਜੋ ਸ਼ੁਰੂ ਵਿੱਚ 4000 ਘੋੜਸਵਾਰ ਤੇ 8000 ਪਿਆਦਾ ਸੀ ਛੇਤੀ ਹੀ 40000 ਤੱਕ ਪਹੁੰਚ ਗਈ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਕੈਥਲ ਨੇੜੇ ਪਿੰਡ ਭੋਨਾ ਚ ਲਾਹੌਰ ਤੋਂ ਦਿੱਲੀ ਵੱਲ ਲਜਾਇਆ ਜਾ ਰਿਹਾ ਖਜ਼ਾਨਾ ਲੁੱਟਿਆ ਉਸ ਦਾ ਅਗਲਾ ਨਿਸ਼ਾਨਾ ਸਮਾਣਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਕਾਤਲ ਜਲਾਲ ਉਲਦੀਨ ਇਸ ਸ਼ਹਿਰ ਦਾ ਸੀ ਇਸ ਸ਼ਹਿਰ ਦੀ ਖੂਬ ਲੁੱਟ ਕੀਤੀ ਗਈ 1000 ਦੇ ਲਗਭਗ ਲੋਕ ਮੌਤ ਦੇ ਘਾਟ ਉਤਾਰੇ ਗਏ ਸਮਾਣੇ ਉੱਪਰ ਹਮਲਾ 26 ਨਵੰਬਰ 1709 ਨੂੰ ਕੀਤਾ ਗਿਆ ਫਿਰ ਬੰਦਾ ਕੁੜਾਮ ਠਸਕਾ ਸ਼ਹਾਬਾਦ ਤੇ ਮੁਸਤਫਾ ਬਾਦ ਅੰਬਾਲਾ ਤੇ ਕੁੰਝਪੁਰਾ ਲੁੱਟਦਾ ਹੋਇਆ ਕਪੂਰੀ ਪਹੁੰਚਿਆ ਗੁੰਜਪੁਰਾ ਵਜੀਦ ਖਾਨ ਫੌਜਦਾਰ ਸਰਹੰਦ ਦਾ ਜੱਦੀ ਨਗਰ ਸੀ ਕਪੂਰੀ ਸਢੌਰੇ ਤੋਂ 4 ਮੀਲ ਸੀ ਤੇ ਉਥੋਂ ਦਾ ਹਾਕਮ ਕਦਮ ਉਦਖਾਂ ਅਤ ਦਰਜੇ ਦਾ ਜ਼ਾਲਮ ਤੇ ਦੁਰਾਚਾਰੀ ਸੀ ਕਪੂਰੀ ਨੂੰ ਸਿੰਘਾਂ ਵੱਲੋਂ ਤਬਾਹ ਕਰ ਦਿੱਤਾ ਗਿਆ ਅਗਲਾ ਨਿਸ਼ਾਨਾ ਸਢौरा ਸੀ ਕਿਉਂਕਿ ਇਥੋਂ ਦੇ ਜ਼ਾਲਮ ਹਾਕਮ ਉਸਮਾਨ ਖਾਨ ਉਸਨੇ ਪੰਗਾਣੀ ਦੇ ਜੁੱਧ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਹਾਇਕ ਸ਼ਰਧਾਲੂ ਮੁਸਲਮਾਨ ਸੂਫੀ ਫਕੀਰ ਸ਼ਜਦ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਸੀ। ਉਸਨੇ ਉਸਮਾਨ ਖਾਨ ਨੂੰ ਮਾਰਿਆ ਤੇ ਹੋਰ ਅਣਗਿਣਤ ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੰਦਾ ਅੱਗੇ ਵੱਧਦਾ ਗਿਆ ਤੇ ਛਤ ਬਨੂੜ ਲਾਗੇ ਮਾਝੇ ਦੇ ਸਿੰਘ ਜੋ ਮਲੇਰਕੋਟ ਲੇਤੇ ਰੋਪੜ ਦੇ ਪਠਾਣਾ ਨੇ ਰੋਕ ਰੱਖੇ ਸਨ। ਬੰਦੇ ਨੂੰ ਆ ਮਿਲੇ ਜ਼ਾਲਮਾਂ ਦੇ ਸਤਾਏ ਲੋਕ ਵੱਡੀ ਭਾਰੀ ਗਿਣਤੀ ਵਿੱਚ ਸਿੰਘਾਂ ਨਾਲ ਮਿਲਦੇ ਗਏ ਬੰਦੇ ਨੇ ਮੁਖਲਿਸਪੁਰ ਦੇ ਕਿਲੇ ਨੂੰ ਜਿੱਤ ਕੇ ਉਸ ਦਾ ਨਾਮ ਲੋਹਗੜ ਰੱਖਿਆ ਸਰਹੰਦ ਉੱਪਰ 12 ਮਈ 1710 ਨੂੰ ਹਮਲਾ ਕੀਤਾ ਗਿਆ ਸਰਹੰਦ ਤੋਂ ਬਾਹਰ ਚੱਪੜ ਚਿੜੀ ਦੇ ਮੈਦਾਨ ਵਿੱਚ ਦੋ ਦਿਨ ਭਾਰੀ ਜੁੱਧ ਹੋਇਆ ਭਾਈ ਫਤੇ ਸਿੰਘ ਦੀ ਤਲਵਾਰ ਨਾਲ ਵਜੀਦ ਖਾਨ ਦਾ ਸਿਰ ਧੜ ਨਾਲੋਂ ਅੱਡ ਹੋ ਗਿਆ ਤੇ ਉਸ ਨੂੰ ਛੋਟੇ ਸਹਿਬਜ਼ਾਦਿਆਂ ਦੇ ਕਤਲ ਦੀ ਸਜ਼ਾ ਦਿੱਤੀ ਗਈ 14 ਮਈ ਨੂੰ ਸਿੱਖਾਂ ਦਾ ਸਰਹੰਦ ਉੱਪਰ ਕਬਜ਼ਾ ਹੋ ਗਿਆ ਸਰਹੰਦ ਦੀ ਲੜਾਈ ਵਿੱਚ ਧਾਰਮਿਕ ਜੋਸ਼ ਤੋਪਾਂ ਦੀ ਤਾਕਤ ਉੱਪਰ ਵਿਜੈ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਇਸ ਲੜਾਈ ਵਿੱਚ ਫੌਜਦਾਰ ਤੇ ਸੁੱਚਾ ਆਨੰਦ ਦੀਵਾਨ ਤਾਂ ਮਾਰੇ ਹੀ ਗਏ ਪਰੰਤੂ ਸ਼ਹਿਰ ਦੀ ਵੀ ਇੱਟ ਨਾਲ ਇੱਟ ਵਜਾ ਦਿੱਤੀ ਗਈ ਤੇ ਲੋਕਾਂ ਨੂੰ ਫੌਜਦਾਰ ਦੇ ਜ਼ੁਲਮਾਂ ਦਾ ਬਦਲਾ ਚਕਾਉਣਾ ਪਿਆ ਸ਼ਾਜਦ ਮੁਹੰਮਦ ਲਤੀਫ ਲਿਖਦਾ ਹੈ ਕਿ ਸਿੱਕਾ ਨੇ ਉਸ ਥਾਂ ਤੇ ਹਰ ਮੁਸਲਮਾਨ ਨੂੰ ਕਤਲ ਕੀਤਾ ਬੰਦੂਕ ਦਾ ਨਿਸ਼ਾਨਾ ਬਣਾਇਆ ਫਾਹੇ ਲਾਇਆ ਟੁਕੜੇ ਟੁਕੜੇ ਕੀਤੇ ਤੇ ਜੀਵਦਿਆਂ ਨੂੰ ਸਾੜਿਆ ਮੁਰਦਿਆਂ ਨੂੰ ਵੀ ਕਬਰਾਂ ਵਿੱਚੋਂ ਕੱਢ ਕੇ ਆਪਣੇ ਦਿਲ ਦੇ ਗੁਬਾਰ ਕੱਢੇ ਕਬਰਾਂ ਪੁੱਟ ਕੇ Laachaਾਂ ਦੇ ਟੁਕੜੇ ਕਰ ਦਿੱਤੇ ਤੇ ਗਿੱਦਾਂ ਤੇ ਕਾਵਾਂ ਕੁੱਤਿਆਂ ਦੇ ਖਾਣ ਲਈ ਸੱਡ ਦਿੱਤੇ ਇਹ ਤਸਵੀਰ ਭਾਵੇਂ ਸਹੀ ਨਹੀਂ ਫਿਰ ਵੀ ਗੁਰੂ ਮਾਰੀ ਸਰਹੰਦ ਦੀ ਦਸ਼ਾ ਦਾ ਸੰਕੇਤ ਦੇਣ ਲਈ ਕਾਫੀ ਹੈ ਸਰਦਾਰ ਰਤਨ ਸਿੰਘ ਭੰਗੂ ਵੀ ਮੁਨਕਰ ਨਹੀਂ ਇਸ ਗੱਲ ਤੋਂ ਉਸ ਰਾਂਦ ਦੀ ਤਬਾਹੀ ਤੋਂ ਤਾਂ ਮੁਰਕਰ ਨਹੀਂ ਆ ਉਹ ਲਿਖਦਾ ਹੈ ਸਰਹੰਦ ਦੀ ਜੜ ਪੁੱਟਣ ਧਾਇ ਪਰਬਤੀਨ ਕੋ ਮੈਂ ਮਾਰਨ ਆਇਆ ਮੈਂ ਹੂੰ ਉਸੇ ਪੁਰਖ ਕੋ ਦਾਸਾ ਕਰਿਓ ਖਾਲਸਾ ਜਿਸੈ ਪ੍ਰਕਾਸ਼ਾ ਜਿਸ ਗੁਰਜੀ ਸੋ ਬੈਰ ਕਮਾਇਓ ਬਦਲੋ ਲੈਨ ਤਿਸਿ ਮੈਂ ਆਇਓ ਤਿੰਨ ਤਿੰਨ ਕੋ ਮੈਂ ਮਾਰ ਗਵਾਉ ਤਉ ਸਤਗੁਰੂ ਕੋ ਬੰਦਾ ਸਦਾ ਅੱਗੇ ਸਹਾਸੰਗ ਜੀ ਬੰਦਾ ਸਿੰਘ ਬਹਾਦਰ ਤੇ ਸਰਹੰਦ ਦਾ ਪ੍ਰਬੰਧ ਸਰਹੰਦ ਦੇ 28 ਪਰਗਣੇ ਸਨ ਤੇ ਮਾਮਲਾ 36 ਲੱਖ ਸਾਲਾਨਾ ਸੀ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪਿਆ ਗਿਆ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਨਾਇਬ ਬਣਾਇਆ ਗਿਆ ਫਤੇ ਸਿੰਘ ਜੀ ਨੂੰ ਸਮਾਣੇ ਦਾ ਤੇ ਰਾਮ ਸਿੰਘ ਜੋ ਬਾਜ ਸਿੰਘ ਦਾ ਭਰਾ ਸੀ ਉਸ ਨੂੰ ਥਾਨੇ ਸਰ ਦਾ ਹਾਕਮ ਥਾਪਿਆ ਗਿਆ ਸਿੱਖਾਂ ਦਾ ਤੇਜ ਪ੍ਰਤਾਪ ਇਤਨਾ ਵੱਧ ਗਿਆ ਕਿ ਦੀਨਦਾਰ ਖਾਂ ਤੇ ਇੱਕ ਅਖਬਾਰ ਨਵੀਜ਼ ਮੀਰ ਨਸੀਰਦੀਨ ਸਿੰਘ ਸੱਜ ਗਏ ਸਤਲੁਜ ਤੋਂ ਜਮਨਾ ਤੱਕ ਸਿੰਘਾਂ ਦਾ ਦਬਦਬਾ ਕਾਇਮ ਹੋ ਗਿਆ ਸੀ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣਾ ਸਦਰ ਮੁਕਾਮ ਬਣਾ ਕੇ ਸਿੱਕਾ ਚਲਾਇਆ ਤੇ ਸਿੱਖ ਰਾਜ ਦੀ ਨੀਂਹ ਧਰ ਦਿੱਤੀ ਸਿੱਕੇ ਉੱਪਰ ਇਹ ਸ਼ਬਦ ਉਕਰੇ ਸਨ ਸਿੱਕਾ ਜਦ ਬਾਹਰ ਹਰ ਦੁਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸਾਹੇ ਸ਼ਾਹਾਂ ਫਜ਼ੀਲ ਫਜਲ ਸੱਚਾ ਸਾਹਿਬ ਅਸਤ ਇਸ ਤਰ੍ਹਾਂ ਖਾਲਸਾ ਹੀ ਮੋਹਰ ਵੀ ਤਿਆਰ ਕੀਤੀ ਗਈ ਉਸ ਦੇ ਸ਼ਬਦ ਸਨ ਦੇਗ ਤੇਗੋ ਫਤਿਹ ਵ ਨੁਸਰਤ ਬੇਦਰੰਗ યાਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਨੇ ਕਾਸਤਕਾਰਾਂ ਨੂੰ ਮਾਲਕ ਬਣਾ ਕੇ ਜਾਗੀਰਦਾਰੀ ਪ੍ਰਥਾ ਦਾ ਵੀ ਅੰਤ ਕਰ ਦਿੱਤਾ ਉਸ ਨੇ ਹਿੰਦੂਆਂ ਮੁਸਲਮਾਨਾਂ ਨਾਲ ਉਦਾਰਤਾ ਭਰਪੂਰ ਵਿਹਾਰ ਕੀਤਾ ਤੇ ਉਹ ਵੱਡੀ ਗਿਣਤੀ ਵਿੱਚ ਉਸ ਦੀ ਫੌਜ ਵਿੱਚ ਭਰਤੀ ਹੋ ਗਏ ਬੰਦਾ ਸਿੰਘ ਬਹਾਦਰ ਹਿੰਦੂ ਧਰਮ ਦਾ ਰਾਖਾ ਕਰਕੇ ਜਾਣਿਆ ਜਾਣ ਲੱਗਾ ਹਿੰਦੂਆਂ ਵੱਲੋਂ ਜਲਾਲਾਬਾਦ ਦੇ ਹਾਕਮ ਜਲਾਲ ਉਲਦੀਨ ਦੀ ਸ਼ਿਕਾਇਤ ਕਰਨ ਤੇ ਬੰਦਾ ਸਿੰਘ ਨੇ ਜਲਾਲਾਬਾਦ ਉੱਪਰ ਹਮਲਾ ਕੀਤਾ ਇਹ ਸਹਾਰਨਪੁਰ ਤੋਂ 20 ਮੀਲ ਦੀ ਦੂਰੀ ਤੇ ਹੈ ਫਿਰ ਉਸਨੇ ਸਹਾਰਨਪੁਰ ਦੇ ਹਾਕਮ ਅਲੀ ਮੁਹੰਮਦ ਉੱਪਰ ਹਮਲਾ ਕੀਤਾ ਤੇ ਸ਼ਹਿਰ ਲੁੱਟਿਆ ਫਿਰ ਉਸਨੇ ਬਿਹਾਰਤ ਦੇ ਪੀਰ ਜਾਦਿਆਂ ਨੂੰ ਗਊਆਂ ਮਾਰਨ ਦੇ ਦੋਸ਼ ਵਿੱਚ ਸਜ਼ਾਵਾਂ ਦਿੱਤੀਆਂ ਜਲਾਲਾਬਾਦ ਦੀ ਰਾਹ ਵਿੱਚ ਪੈਂਦੇ ਅੰਬੇਟਾ ਤੇ ਨਲੌਤਾ ਵੀ ਤਬਾਹ ਕੀਤੇ ਗਏ। ਵਰਖਾ ਰੁੱਤ ਸ਼ੁਰੂ ਹੋਣ ਤੇ ਸਿੱਖ ਵਾਪਸ ਆ ਗਏ। ਫਿਰ ਕਰਨਾਲ ਜਿੱਤਿਆ ਤੇ ਪਾਣੀਪਤ ਤੱਕ ਦਾ ਸਾਰਾ ਇਲਾਕਾ ਮਾਲ ਲਿਆ। ਸਿੱਖ ਹੁਣ ਦਿੱਲੀ ਤੋਂ ਲੈ ਕੇ ਸਰਹੰਦ ਤੱਕ ਸਾਰੇ ਇਲਾਕੇ ਦੇ ਮਾਲਕ ਸਨ। ਕਿਸੇ ਵੀ ਅਮੀਰ ਵਜ਼ੀਰ ਵਿੱਚ ਸਿੱਖਾਂ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਸੀ। ਦਿੱਲੀ ਦਾ ਗਵਰਨਰ ਨਿਜ਼ਾਮ ਉਲ ਮਲਕ ਆਸਫ ਉਦ ਦੌਲਾ ਅਸਦ ਖਾਂ ਪੂਰੀ ਕਬਰਾੜ ਵਿੱਚ ਸੀ ਤੇ ਰਾਜਪੂਤਾਂ ਵਿਰੁੱਧ ਲੜ ਰਹੇ ਸਮਰਾਟ ਬਹਾਦਰ ਸ਼ਾਹ ਨੂੰ ਚਿੱਠੀਆਂ ਭੇਜਣ ਤੋਂ ਬਿਨਾ ਹੋਰ ਕੁਝ ਕਰਨ ਦੇ ਸਮਰੱਥ ਨਹੀਂ ਸੀ ਦਿੱਲੀ ਦੇ ਵਾਸੀ ਡਰ ਕੇ ਪੂਰਬੀ ਪ੍ਰਾਤਾਂ ਵੱਲ ਜਾ ਕੇ ਪਨਾਹ ਲੈਣ ਲੱਗ ਪਏ ਜੁਪੀ ਵਿੱਚ ਜਦੋਂ ਬੰਦਾ ਬਹਾਦਰ 11 ਜੁਲਾਈ 1710 ਨੂੰ ਨਨੌਤਾ ਨਗਰ ਤੇ ਹਮਲਾਵਰ ਹੋਇਆ ਤਾਂ ਅਨੇਕ ਗੁੱਜਰ ਜੋ ਆਪਣੇ ਆਪ ਨੂੰ ਨਾਨਕ ਪੰਥੀ ਕਹਿੰਦੇ ਹਨ ਬੰਦੇ ਦੀ ਫੌਜ ਵਿੱਚ ਸ਼ਾਮਲ ਹੋ ਗਏ ਪਰ ਬੰਦੇ ਨੂੰ بارشਾਂ ਕਾਰਨ ਪੰਜਾਬ ਆਉਣਾ ਪਿਆ ਉਸ ਨੇ ਬਟਾਲਾ ਤੇ ਕਲਾਨੌਰ ਜਿੱਦੇ ਲਾਹੌਰ ਦਾ ਗਵਰਨਰ ਅਸਲਮ ਖਾਂ ਸਿੱਖਾਂ ਵਿਰੋਧ ਧਰਮ ਯੁੱਧ ਜਾਂ ਜਹਾਦ ਛੇੜਨ ਦੀਆਂ ਤਿਆਰੀਆਂ ਕਰਨ ਲੱਗਾ ਪਰੰਤੂ ਅਸਫਲ ਰਿਹਾ ਤੇ ਬੰਦਾ ਸਿੰਘ ਬਹਾਦਰ ਨੇ ਪੀਲੋਵਾਲ ਦੇ ਸਥਾਨ ਤੇ ਮੁਲਖਈਏ ਨੂੰ ਲੱਕ ਤੋੜਵੀਂ ਹਾਰ ਦਿੱਤੀ। ਲਾਹੌਰ ਸ਼ਹਿਰ ਛੱਡ ਕੇ ਸਾਰਾ ਮਾਝਾ ਤੇ ਰਿਆੜਕੀ ਬੰਦਾ ਸਿੰਘ ਅਧੀਨ ਆ ਚੁੱਕਿਆ ਸੀ। 3 ਅਕਤੂਬਰ ਨੂੰ ਉਸਨੇ ਜਲੰਧਰ ਦੇ ਸੂਬੇਦਾਰ ਸ਼ਮਸ਼ ਖਾਨ ਨੂੰ ਰਾਹੋਂ ਦੇ ਸਥਾਨ ਤੇ ਹਾਰ ਕੀ। ਹਾਰ ਦੇ ਕੇ ਦੁਆਬੇ ਉੱਪਰ ਵੀ ਅਧਿਕਾਰ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨਹੀਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਦੱਖਣ ਤੋਂ ਉੱਤਰ ਵੱਲ ਆਉਣ ਲਈ ਮਜਬੂਰ ਕਰ ਦਿੱਤਾ ਬੰਦਾ ਸਿੰਘ ਬਹਾਦਰ ਤੇ ਬਹਾਦਰ ਸ਼ਾਹ ਬਹਾਦਰ ਸ਼ਾਹ ਪੰਜਾਬ ਦੇ ਹਾਲਾਤ ਸੁਣ ਕੇ ਘਬਰਾ ਗਿਆ ਮੈਲਕਮ ਨੇ ਠੀਕ ਹੀ ਲਿਖਿਆ ਹੈ ਕਿ ਜੇਕਰ ਇਸ ਸਮੇਂ ਬਹਾਦਰ ਸ਼ਾਹ ਦੱਖਣ ਤੋਂ ਨਾ ਆਉਂਦਾ ਤਾਂ ਸਿੱਖ ਸਾਰੇ ਹਿੰਦੁਸਤਾਨ ਉੱਤੇ ਕਬਜ਼ਾ ਜਮਾ ਲੈਂਦੇ ਉਸਨੇ ਉੱਤਰ ਵਿੱਚ ਆ ਕੇ 10 ਦਸੰਬਰ 1710 ਨੂੰ ਨਾਨਕ ਪ੍ਰਸਤਾ ਨੂੰ ਜਿੱਥੇ ਵੀ ਮਿਲਣ ਮਾਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਬਹਾਦਰ ਸ਼ਾਹ ਦੇ ਹਮਲੇ ਦੇ ਸਮੇਂ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਸਰਹੰਦ ਛੱਡ ਕੇ ਲੋਹਗੜ੍ਹ ਦੇ ਕਿਲੇ 'ਚ ਸ਼ਰਨ ਲੈਣੀ ਪਈ ਫਿਰ ਵੀ ਸਿੱਖ ਲੋਹਗੜ੍ਹ ਦੇ ਕਿਲੇ 'ਚ 4 ਦਸੰਬਰ 1710 ਨੂੰ ਬਹਾਦਰ ਸ਼ਾਹ ਦੇ ਕੈਂਪ ਉੱਪਰ ਜੋ ਸਡੌਰੇ ਵਿਖੇ ਸੀ ਹਮਲਾ ਕਰਨ ਵਿੱਚ ਸਫਲ ਹੋ ਗਏ। ਬਹਾਦਰ ਸ਼ਾਹ ਦੇ ਕੋਲ ਭਾਵੇਂ ਬੇਅੰਤ ਫੌਜ ਸੀ ਪਰੰਤੂ ਉਸ ਦਾ ਲੋਹਗੜ੍ਹ ਕਿਲੇ ਉੱਪਰ ਹਮਲਾ ਕਰਨ ਦਾ ਹੌਂਸਲਾ ਨਹੀਂ ਸੀ। ਉਸ ਨੇ ਲੋਹਗੜ੍ਹ ਨੂੰ ਘੇਰਾ ਪਾ ਕੇ ਤੇ ਸਿੱਖਾਂ ਦਾ ਰਸਦ ਪਾਣੀ ਅੰਦਰ ਜਾਣੋ ਰੋਕ ਕੇ ਸਿੱਖਾਂ ਨੂੰ ਭੁੱਖੇ ਮਾਰਨ ਦੀ ਤਜਵੀਜ਼ ਬਣਾਈ ਜੋ ਸਫਲ ਹੋਈ ਕੋਈ ਚਾਰਾ ਨਾ ਚੱਲਦਾ ਵੇਖ ਕੇ ਬੰਦਾ ਸਿੰਘ ਬਹਾਦਰ ਇੱਕ ਗੁਲਾਬ ਸਿੰਘ ਨਾਮ ਦੇ ਸਿੱਖ ਨੂੰ ਆਪਣੀ ਥਾਂ ਬਿਠਾ ਕੇ ਲੋਹਗੜ੍ਹ ਦੇ ਕਿਲੇ 'ਚੋਂ ਨਿਕਰਨ 'ਚ ਸਫਲ ਹੋ ਗਿਆ ਜਦੋਂ ਮੁਗਲਾਂ ਨੇ 10 ਦਸੰਬਰ 1710 ਨੂੰ ਲੋਹਗੜ੍ਹ ਤੇ ਹਮਲਾ ਕੀਤਾ ਤਾਂ ਉਹਨਾਂ ਨੂੰ ਬਾਦਸ਼ਾਹ ਵੱਲੋਂ ਅਜਿਹਾ ਕਰਨ ਦਾ ਆਦੇਸ਼ ਨਹੀਂ ਸੀ ਫਿਰ ਵੀ ਖਾਨ ਇਹ ਖਾਨਾ ਨੇ ਸਿੱਖਾਂ ਬਾਰੇ ਸੂ ਜਾਣ ਲਈ ਆਪਣੇ ਆਦਮੀ ਅੱਗੇ ਭੇਜ ਦਿੱਤੇ ਕਿਲੇ 'ਚੋਂ ਗੋਲਾਬਾਰਿ ਸ਼ੁਰੂ ਹੋ ਗਈ ਤੇ ਮਜਬੂਰਨ ਮੁਗਲਾ ਨੂੰ ਵੀ ਹਮਲਾ ਕਰਨਾ ਪਿਆ ਇਸ ਦਾ ਲਾਭ ਉਠਾ ਕੇ ਬੰਦਾ ਸਿੰਘ ਬਹਾਦਰ ਦੁਸ਼ਮਣ ਤੋਂ ਸਾਫ਼ ਬਚ ਕੇ ਨਿਕਲ ਗਿਆ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਬਹੁਤ ਲਾਨਤਾ ਪਾਈਆਂ ਜਿਸ ਕਾਰਨ ਉਹ ਲਾਹੌਰ ਜਾਂਦਾ ਆਇਆ ਰਾਹ ਵਿੱਚ ਹੀ ਮਰ ਗਿਆ ਤੇ ਬਾਦਸ਼ਾਹ ਲਾਹੌਰ ਜਾ ਕੇ 28 ਫਰਵਰੀ 1712 ਨੂੰ ਮਰ ਗਿਆ ਬੰਦਾ ਸਿੰਘ ਬਹਾਦਰ ਨੇ ਛੇਤੀ ਹੀ ਹੁਕਮਨਾਮੇ ਭੇਜ ਕੇ ਸਿੱਖਾਂ ਨੂੰ ਫਿਰ ਪਹਾੜਾਂ 'ਚੋਂ ਸੱਦ ਲਿਆ ਬिलासपुर ਮੰਡੀ ਕੁਲੂ ਤੇ ਚੰਬੇ ਦੇ ਪਹਾੜੀ ਰਾਜੇ ਬੰਦੇ ਦੀ ਅਧੀਨਗੀ ਪ੍ਰਵਾਨ ਕਰ ਗਏ ਜੂਨ 1711 ਈਸਵੀ ਵਿੱਚ ਉਹ ਬਹਿਰਾਮਪੁਰ ਵਿੱਚ ਇੱਕ ਵਾਰ ਫਿਰ ਮੁਗਲ ਫੌਜਾਂ ਨੂੰ ਹਾਰ ਦੇਣ ਵਿੱਚ ਸਫਲ ਹੋ ਗਿਆ। ਬਹਾਦਰ ਸ਼ਾਹ ਦੇ ਲੜਕੇ ਜਹਾਂਨਦਾਰ ਸ਼ਾਹ ਸਮੇਂ ਸਿੱਖ ਫਿਰ ਸ਼ਕਤੀ ਪਕੜ ਗਏ। ਸਿੱਖਾਂ ਨੇ ਫਿਰ ਗੁਰਦਾਸਪੁਰ, ਕਲਾਨੌਰ ਅਤੇ ਸਢौरा ਤੇ ਲੋਹਗੜ ਦੇ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ। ਫਰਖਸ਼ੀਅਰ ਤੇ ਬੰਦਾ ਸਿੰਘ ਬਹਾਦਰ ਫਰਖਸ਼ੀਅਰ ਬਹੁਤ ਨਿਰਦਈ ਸੀ। ਉਸਨੇ ਬੰਦਾ ਸਿੰਘ ਬਹਾਦਰ ਨੂੰ ਪਕੜਨ ਤੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੀ ਧਾਰੀ ਹੋਈ ਸੀ। ਪੰਜਾਬ ਵਿੱਚ ਅਬਦੁੱਸ ਸਮਦ ਖਾਂ ਤੇ ਜੰਮੂ ਦਾ ਫੌਜਦਾਰ ਜਕਰੀਆ ਖਾਂ ਅਬਦੁੱਸ ਸਮਦ ਖਾਂ ਦਾ ਲੜਕਾ ਸਿੱਖ ਸ਼ਕਤੀ ਲਈ ਇੱਕ ਬਹੁਤ ਵੱਡੀ ਵੰਗਾਰ ਸਰ। ਬੰਦਾ ਸਿੰਘ ਨੂੰ ਇੱਕ ਵਾਰ ਫਿਰ ਲੋਹਗੜ੍ਹ ਖਾਲੀ ਕਰਕੇ ਪਹਾੜੀਆਂ 'ਚ ਜਾ ਸ਼ਰਨ ਲੈਣੀ ਪਈ। ਬੰਦੇ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਫਰਕਸ਼ੀਅਰ ਨੇ ਬੰਦੇ ਤੇ ਤਤਖਾਲਸੇ ਵਿੱਚ ਫੁੱਟ ਪਵਾ ਦਿੱਤੀ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਲਿਖਦਾ ਹੈ ਕਿ ਬੰਦੇ ਨੇ ਮਾਤਾ ਸੁੰਦਰੀ ਜੀ ਦੇ ਹੁਕਮਾਂ ਦੀ ਪ੍ਰਵਾਹ ਨਾ ਕੀਤੀ। ਸਿੰਘਾਂ ਦੀ ਆਪਸੀ ਫੁੱਟ ਕਾਰਨ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰ ਲਿਆ ਗਿਆ। ਬినੋਦ ਸਿੰਘ ਤੇ ਉਹਦੇ ਸਾਥੀ ਬੰਦੇ ਦਾ ਸਾਥ ਛੱਡ ਗਏ। 7 ਦਸੰਬਰ 1715 ਨੂੰ ਲੰਬੇ ਘੇਰੇ ਪਿੱਛੋਂ ਬੰਦਾ ਸਿੰਘ ਬਹਾਦਰ ਗੜੀ ਦਾ ਦਰਵਾਜ਼ਾ ਖੋਲ ਕੇ ਲੜ ਲਈ ਬਾਹਰ ਆਇਆ ਤੇ ਮੁਗਲਾਂ ਨੇ ਗ੍ਰਿਫਤਾਰ ਕਰ ਲਿਆ کافی ਖਾਂ ਖਾਫੀ ਖਾਂ ਲਿਖਦਾ ਹੈ ਕਿ ਲਗਭਗ 3-4 ਹਜ਼ਾਰ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਗਏ ਮੁਗਲਾਂ ਨੇ ਸਿੱਖਾਂ ਦੇ ਸਿਰ ਨੀਜਿਆਂ ਦੇ ਟੰਗੇ ਹੋਏ ਸਨ 740 ਸਿੱਖਾਂ ਨਾਲ ਬੰਦਾ ਸਿੰਘ ਉਸਦੀ ਪਤਨੀ ਤੇ 3 ਸਾਲਾ ਬੱਚਾ ਅਜੈ ਸਿੰਘ ਊਠਾਂ ਤੇ ਬਿਠਾ ਕੇ ਪਹਿਲਾ ਲਾਹੌਰ ਸ਼ਹਿਰ ਚ ਜਲੂਸ ਕੱਢਿਆ ਗਿਆ ਉਹਨਾਂ ਦਾ ਮਖੌਲ ਉਡਾਇਆ ਗਿਆ ਗਾਲਾਂ ਕੱਢੀਆਂ ਗਈਆਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਤੋਂ ਇੱਟਾਂ ਰੋੜੇ ਮਾਰੇ ਗਏ ਤੇ ਫਿਰ ਦਿੱਲੀ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਨ ਲਈ ਲਿਜਾਏ ਗਏ 27 ਫਰਵਰੀ 1716 ਨੂੰ ਇਹ ਜਲੂਸ ਦਿੱਲੀ ਪਹੁੰਚਿਆ ਇਤਮਾਕ ਉਦਦੌਲਾ ਬਖਸ਼ੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਸ਼ਹਿਰ ਤੋਂ ਬਾਹਰ ਜਾ ਕੇ ਉਹਨਾਂ ਦੇ ਮੂੰਹ ਕਾਲੇ ਕਰੇ ਤੇ ਉਹਨਾਂ ਦੇ ਸਿਰਾਂ ਤੇ ਲੱਕੜੀ ਦੀਆਂ ਟੋਪੀਆਂ ਪਹਿਨਾਵੇ ਤਾਂ ਜੋ ਦੂਸਰਿਆਂ ਨੂੰ ਵੀ ਤਾੜਨਾ ਹੋਵੇ ਆਉਸਾਦ ਸੰਗਜੀ ਬੰਦੇ ਦੀ ਸ਼ਹਾਦਤ ਵੱਲ ਆਉਂਦੇ ਆ ਕੈਦੀਆਂ ਨੂੰ ਇਸਲਾਮ ਧਰਮ ਅਪਣਾਉਣ ਲਈ ਕਿਹਾ ਜਾਂਦਾ ਸੀ ਪਰੰਤੂ ਕਿਸੇ ਇੱਕ ਨੇ ਵੀ ਧਰਮ त्याग ਕੇ ਇਸਲਾਮ ਕਬੂਲ ਕਰਨ ਦੀ ਗੱਲ ਪਰਵਾਹ ਨਾ ਕੀਤੀ। ਹਰ ਇੱਕ ਦੂਸਰੇ ਤੋਂ ਪਹਿਲਾਂ ਮਰ ਲਈ ਕਾਲਾ ਸੀ। ਖਾਫੀ ਖਾਨ ਸਾਰ ਇੱਕ ਸਿੱਖ ਬੱਚੇ ਦੀ ਮਾਂ ਫਰਕਸ਼ੀਰ ਕੋਲ ਰਹਿਮ ਦੀ ਅਪੀਲ ਲੈ ਕੇ ਆਈ ਤੇ ਉਸ ਕਿਹਾ ਕਿ ਉਹਦਾ ਲੜਕਾ ਸਿੱਖ ਨਹੀਂ। ਸਗੋਂ ਉਸ ਨੂੰ ਸਿੱਖ ਜ਼ਬਰਦਸਤੀ ਆਪਣੇ ਨਾਲ ਲੈ ਕੇ ਗਏ ਸਨ। ਉਸ ਬਾਲਕ ਨੂੰ ਜਦੋਂ ਕਾਤਲਾ ਨੇ ਪੁੱਛਿਆ ਤਾਂ ਉਸ ਦਾ ਉੱਤਰ ਸੀ ਮੇਰੀ ਮਾਂ ਝੂਠ ਬੋਲਦੀ ਹੈ ਇਹ ਤਾਂ ਹੈ ਹੀ ਝੂਠੀ ਮੈਂ ਤਾਂ ਤਨੋਂ ਮਨੋਂ ਆਪਣੇ ਭਰਾਵਾਂ ਨਾਲ ਸ਼ਹਾਦਤ ਪਾ ਕੇ ਗੁਰੂ ਕੋਲ ਜਾਣ ਲਈ ਕਾਲਾ ਇਸ ਤਰ੍ਹਾਂ ਉਹ ਬਾਲਕ ਸ਼ਹੀਦ ਦੀ ਮੌਤ ਹੱਸ ਹੱਸ ਕੇ ਕਬੂਲ ਕਰ ਗਿਆ ਗ੍ਰਿਫਤਾਰੀ ਪਿੱਛੋਂ 9 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਉਹ ਅਤੇ ਉਹਦੇ ਸਾਥੀ ਹੁਣ ਤੱਕ ਇਸ ਲਈ ਜਿਉਂਦੇ ਰਹਿਣ ਦਿੱਤੇ ਗਏ ਤਾਂ ਜੋ ਉਹਨਾਂ ਤੋਂ ਸਿੱਖਾਂ ਦੇ ਖਜ਼ਾਨੇ ਦਾ ਭੇਤ ਲਾਇਆ ਜਾ ਸਕੇ ਪਰੰਤੂ ਉਹਨਾਂ ਤੋਂ ਕੁਝ ਪਤਾ ਨਾ ਲਾਇਆ ਜਾ ਸਕੇ ਪਹਿਲਾ ਬੰਦਾ ਸਿੰਘ ਬਹਾਦਰ ਦੇ ਮੁੱਖ ਸਾਥੀਆਂ ਬਾਜ ਸਿੰਘ ਤੇ ਆਲੀ ਸਿੰਘ ਨੂੰ ਕਤਲ ਕੀਤਾ ਗਿਆ ਫਿਰ ਉਸ ਦਾ ਪੁੱਤਰ ਅਜੇ ਸਿੰਘ ਉਹਦੀ ਗੋਦੀ ਚ ਪਾਇਆ ਗਿਆ ਤੇ ਚਾਕੂ ਦੇ ਕੇ ਉਸ ਨੂੰ ਕਤਲ ਕਰਨ ਲਈ ਕਿਹਾ ਗਿਆ ਉਸ ਦੇ ਮਾਸ ਦੇ ਟੁਕੜੇ ਬੰਦਾ ਸਿੰਘ ਦੇ ਮੂੰਹ ਵਿੱਚ ਪਾਏ ਗਏ। ਫਿਰ ਬੰਦਾ ਸਿੰਘ ਨੂੰ ਲੋਹੇ ਦੇ ਪਿੰਜਰੇ ਚੋਂ ਬਾਹਰ ਕੱਢ ਗਏ। ਲੋਹੇ ਦੀਆਂ ਗਰਮ ਸਲਾਖਾਂ ਨਾਲ ਉਸ ਨੂੰ ਤਸੀਹੇ ਦਿੱਤੇ ਗਏ। ਉਸ ਨੂੰ ਇਸਲਾਮ ਧਾਰਨ ਕਰਨ ਲਈ ਜ਼ੋਰ ਲਾਇਆ ਗਿਆ। ਉਸ ਦੀਆਂ ਅੱਖਾਂ ਇੱਕ ਇੱਕ ਕਰਕੇ ਕੱਢੀਆਂ ਗਈਆਂ। ਫਿਰ ਉਸ ਦੇ ਹੱਥ ਪੈਰ ਕੱਟੇ ਗਏ। ਬੰਦੇ ਨੂੰ ਲੋਹੇ ਦੀਆਂ ਗਰਮ ਸਲਾਖਾਂ ਲਾ ਲਾ ਕੇ ਸਾੜਿਆ ਗਿਆ। ਫਿਰ ਬੰਦੇ ਨੂੰ ਫਿਰ ਬੰਦੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਅੰਧਾਕਰ ਬੰਦਾ ਰਖਿਓ ਫਰਕਸੀਅਰ ਬਹੁ ਰੋਜ ਜਿਸ ਪਾਛੇ ਦਉ ਮਰੇ ਸੁਨੋ ਸੋ ਵਾਕੀ ਖੋਜ ਫਰਕੀਅਰ ਕਾਜੀ ਹਤੋ ਉਸੈ ਵਜੀਰ ਪੜਾਏ ਬੰਦਾ ਮਾਰਿਓ ਥੋ ਜੋ ਬੈਲਨ ਗੈਲ ਲਿਪਟਾਏ ਡਾਕਟਰ ਗੰਡਾ ਸਿੰਘ ਜੀ ਲਿਖਦੇ ਹਨ ਕਿ ਗੁਰਦਾਸ ਨੰਗਲ ਤੇ ਫਿਰ ਲਾਹੌਰ ਰਾਹੀਂ 700 ਗੱਡਿਆਂ ਤੇ ਸਿੱਖਾਂ ਦੇ ਸਿਰ ਦਿੱਲੀ ਲਿਆਂਦੇ ਗਏ 2000 ਸਿਰ ਨੇਜੀਆਂ ਤੇ ਟੰਗੇ ਗਏ 740 ਸਿੱਖ ਸੰਗਲਾਂ ਚ ਕੈਦ ਕਰਕੇ ਲਿਆਂਦੇ ਗਏ ਫਰਕਸियर ਦੇ ਹੁਕਮ ਨਾਲ 2 ਦਰਜਣ ਦੇ ਲਗਭਗ ਸਿੱਖ ਕਿਲੇ ਚ ਕੈਦ ਕਰ ਲਏ ਗਏ ਤੇ ਬਾਕੀ 694 ਸਰਬਰਾਹ ਖਾਂ ਕੋਤਵਾਲ ਦੇ ਹਵਾਲੇ ਕਰ ਦਿੱਤੇ ਗਏ ਜਿੱਥੇ ਉਹ ਹਰ ਰੋਜ਼ 100-100 ਨੂੰ ਮੌਤ ਦੇ ਘਾਟ ਉਤਾਰਦਾ ਰਿਹਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇੱਕ ਵਿਚਿਤ੍ਰ ਗਾਥਾ ਹੈ ਉਸ ਬਾਰੇ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ ਮੁਗਲ ਹਾਕਮ ਉਸਦੇ ਨਾਮ ਤੋਂ ਕੰਬਦੇ ਸਨ ਉਹ ਸਿੱਖਾਂ ਵਿੱਚ ਫੁੱਟ ਪਾ ਕੇ ਬੰਦੇ ਨੂੰ ਪਕੜਨ ਵਿੱਚ ਸਫਲ ਹੋਏ ਪਰ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਦਾ ਮਾਣ ਹੈ ਕਿ باوجود ਭਿੰਨ-ਭੇਦਾਂ ਤੇ ਉਹਦਾ ਸਿੱਖੀ ਸਿਦਕ ਅਡੋਲ ਰਿਹਾ ਉਸ ਦੀ ਸ਼ਹਾਦਤ ਕਿਸੇ ਹੋਰ ਸ਼ਹਾਦਤ ਨਾਲੋਂ ਨਾ ਤਾਂ ਘੱਟ ਗੌਰਵਸ਼ਾਲੀ ਹੈ ਤੇ ਨਾ ਹੀ ਉਹ ਕਦੇ ਭੁਲਾਈ ਜਾ ਸਕਣ ਵਾਲੀ ਹੈ ਬੰਦਾ ਸਿੰਘ ਬਹਾਦਰ ਇੱਕ ਅਮਰਤਾਰੀ ਸਿੰਘ ਸੀ ਜਿਸ ਨੇ ਧਰਮ ਬਦਲਣ ਨਾਲੋਂ ਸ਼ਹਾਦਤ ਨੂੰ ਪਹਿਲ ਦਿੱਤੀ ਉਸ ਦੀ ਸ਼ਹਾਦਤ ਦਾ ਇਤਿਹਾਸ ਵਿੱਚ ਸਤਕਾਰ ਨਾਲ ਸੁਨਹਿਰੀ ਸਥਾਨ ਨਿਸ਼ਚਿਤ ਕੀਤਾ ਜਾ ਚੁੱਕਿਆ ਹੈ ਭੁੱਲਾ ਨਾ ਚਿਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ